ਕਹਿੰਦਾ ਰੱਬ ਰੱਬ ਕਰਦੇ ਬੁੱਢੜੇ ਹੋ ਗਏ ਮੁੱਲਾ ਪੰਡਿਤ ਸਾਰੇ, ਰੱਬ ਦਾ ਖੋਜ ਖੁਰਾ ਨਾ ਲੱਭਾ ਸਜਦੇ ਕਰ ਕਰ ਹਾਰੇ, ਰੱਬ ਤਾਂ ਤੇਰੇ ਦਿਲ ਵਿੱਚ ਵੱਸਦਾ ਵਿੱਚ ਕੁਰਾਨ ਇਸ਼ਾਰੇ, ਬੁੱਲੇ ਸ਼ਾਹ ਰੱਬ ਉਹਨੂੰ ਮਿਲਦਾ ਜਿਹੜਾ ਪੀਰ ਤੋਂ ਤਨ ਮਨ ਵਾਰੇ। ਜ਼ਰਾ ਹੱਥ ਖੋਲ ਕੇ ਅੱਲਾ ਤੁਹਾਡੀ ਖੈਰ ਕਰੇ, ਖੁਸ਼ ਰਹੋ, ਆਬਾਦ ਰਹੋ, ਹੱਸਦੇ ਪੱਸਦੇ ਰਹੋ। ਬਾਈਆਂ ਗ੍ਰੇਡ ਦੇ ਨੌਕਰ ਲੱਗੇ ਆ ਇਸ ਘਰ 'ਚ, ਆਪਣੇ ਵੱਡੇ ਸਾਹਿਬ ਜੀ ਨੇ, ਉਹ ਘਰ ਹੁੰਦੇ ਨੇ ਕਦੀ ਕੈਨੇਡਾ, ਕਦੀ ਅਮੈਰੀਕਾ, ਕਦੀ ਲੰਡਨ, ਕਦੀ ਕਿਤੇ ਫਿਰਦੇ ਨੇ, ਅਤੇ ਛੋਟੇ ਸਾਹਿਬ ਜੀ ਜਿਹੜੇ ਨੇ ਉਹਨਾਂ ਦੇ ਬੇਟੇ, ਉਹ ਘਰ 'ਚ ਪਾਰਟੀਆਂ ਰੱਖਦੇ ਨੇ, ਪਾਰਟੀਆਂ, ਹਾਂ ਤੇ ਲਗਾ ਕੇ, ਹਾਂ ਪਾਰਟੀਆਂ ਰੱਖਦੇ ਨੇ, ਗੰਦ ਉਹ ਪਾ ਜਾਂਦੇ ਨੇ, ਸਫਾਈਆਂ ਸਾਨੂੰ ਕਰਨੀਆਂ ਪੈ ਜਾਂਦੀਆਂ, ਭਾਂਡੇ ਸਾਨੂੰ ਧੋਣੇ ਪੈ ਜਾਂਦੇ, ਪਤਾ ਨਹੀਂ ਬੈੱਡ ਥੱਲੇ ਕਿਹੜੀਆਂ ਕਿਹੜੀਆਂ ਸ਼ੈਵਾਂ ਸੁੱਟ ਕੇ ਜਾਂਦੇ। ਪਰ ਸਾਨੂੰ ਕਿ ਅਸੀਂ ਨੌਕਰ ਪੇਸ਼ਾ ਲੋਕ ਹਾਂ, ਅਸੀਂ ਤਾਂ ਨੌਕਰੀ ਕਰਨੀ ਹੈ, ਇਹ ਕਿੱਥੇ ਨੌਕਰਾਂ ਨਹੀਂ ਹੈ ਜਿਹਦੀ ਵਜ੍ਹਾ ਤੋਂ ਮੇਰਾ ਦਿਲ ਲੱਗਾ। ਛੋਟੀ ਸਕੂਲੇ ਗਈ ਏ ਅੱਜ ਆਪਣੀ ਦੇ, ਭੁੱਖੇ ਨੂੰ ਰੋਟੀ ਖਵਾਉਣ ਵਾਲਾ ਭਾਜੀ ਕਦੀ ਭੁੱਖਾ ਨੀ ਮਰਦਾ। ਛੇਤੀ ਕਰ, ਛੇਤੀ ਕਰ, ਸ਼ਾਦ ਕਰਨਾ, ਛੇਤੀ ਕਰ। ਅੱਲਾ ਤਾਲਾ ਵੇਖੋ, ਜੇ ਤੁਸੀਂ ਗਰੀਬਾਂ ਨੂੰ ਖਵਾਉਂਦੇ ਤੇ ਵੇਖ ਲਓ ਨੂਰ ਵੀ ਦਿੰਦਾ ਹੋਇਆ। ਸ਼ੁਰੂ ਕਰ, ਹਾਂਜੀ ਕਰੀਏ ਸ਼ੁਰੂ। ਕੀ ਕਰਨ ਲੱਗਾ? ਰੋਟੀ ਖਾਣ ਲੱਗਾ ਭਾਜੀ। ਹੱਥ ਧੋ, ਹੱਥ ਧੋ, ਟੂਟੀ ਲੱਗੀ, ਛੇਤੀ ਕਰ। ਅੱਛਾ ਭਾਜੀ, ਸ਼ਾਬਾ ਸ਼ਾਬਾ, ਆਇਆ ਆਇਆ ਆਇਆ, ਆ ਗਿਆ ਆ ਗਿਆ ਭਾਜੀ। ਚੱਲ ਚੱਲ, ਬਹੁਤ ਦਿਨਾਂ ਦਾ ਭੁੱਖਾ ਹਾਂ। ਕੀ ਕਰਨ ਲੱਗਾ? ਰੋਟੀ ਖਾਣ ਲੱਗਾ ਭਾਜੀ। ਟੂਟੀ ਤਾਂ ਬੰਦ ਕਰਕੇ ਆ, ਟੂਟੀ ਬੰਦ ਕਰ। ਅੱਛਾ ਭਾਜੀ, ਭਾਜੀ ਭੁੱਖ 'ਚ ਨਹੀਂ ਪਤਾ ਲੱਗਦਾ ਨਾ, ਆਇਆ ਆਇਆ, ਚੱਲ ਢਿੱਡ ਭੁੱਖਾ ਹੋਵੇ ਨਾ। ਹਾਂਜੀ, ਕੀ ਕਰਨ ਲੱਗਾ? ਰੋਟੀ ਖਾਣ ਲੱਗਾ ਭਾਜੀ। ਬਿਸਮਿਲਾ ਤੇਰੇ ਪਿਓ ਨੇ ਪੜ੍ਹਦੀ, ਬਿਸਮਿਲਾ ਪੜ੍ਹ। ਅੱਛਾ ਭਾਜੀ, ਭਾਜੀ ਪੜ੍ਹਦਾ। ਹਾਂਜੀ, ਚੱਲ 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 ਚੱਲ। ਕੀ ਹੋਇਆ? ਹੱਡੀ ਫਸ ਗਈ ਭਾਜੀ। ਹਾਂਜੀ, ਹੱਡੀ ਲੱਗ ਗਈ ਭਾਜੀ। ਮੈਂ ਤੇ ਪਕਾਈ ਦਾਲ, ਤੂੰ ਗੋਸ਼ਟ ਖਾ ਲਿਆ। ਅੱਛਾ ਜੀ, ਛੇਤੀ ਕਰੋ, ਦੂਸਰੀ ਡਿਸ਼ ਕਾ, ਛੇਤੀ ਕਰ। ਭਾਜੀ ਖੀਰ ਤਾਂ ਬੜੀ ਸਵਾਦ ਬਣੀ ਆ, ਮੈਂ ਤੇ ਪਕਾਇਆ ਹੀ ਦਰਦਾ। ਅੱਛਾ ਜੀ, ਬੋਤਲ ਪੀ ਫਟਾਫਟ ਕਰ। ਅੱਛਾ, ਬੋਤਲ ਕਿੱਥੇ ਆ? ਉਹ ਪਈ। ਹਾਂ ਭਾਈ, ਭਾਜੀ ਮੈਂ ਪੈਪਸੀ ਦਾ ਅਲੱਗ ਹੀ ਸਵਾਦ ਹੈ ਨਾ। ਮੈਂ ਤੇ ਮੰਗਾਈ ਮਰਿੰਡਾ, ਤੂੰ ਪੈਪਸੀ ਕਿੱਥੋਂ ਪੀ ਲਈ? ਅੱਛਾ, ਚੱਲ ਹੋਰ ਬਸ ਚੱਲ ਭਾਜੀ। ਹਾਂਜੀ, ਮੈਂ ਤੁਸੀਂ ਮੇਰੀ ਬਹੁਤ ਖਿਦਮਤ ਕੀਤੀ ਹੈ। ਹਾਂ, ਮੈਂ ਵੀ ਤੁਹਾਡੀ ਖਿਦਮਤ ਕਰਨਾ ਚਾਹਨਾ। ਕਿਵੇਂ? ਮੈਂ ਤੁਹਾਡੇ ਵਾਸਤੇ ਬਾਹਰੋਂ ਬੱਚੀ ਲੈ ਕੇ ਆਵਾਂ। ਛੇਤੀ ਕਰ, ਛੇਤੀ ਕਰ, ਬਸ ਇੱਥੇ ਹੀ ਖਲੋਏ, ਮੂੰਹ ਮਾ ਧੋ ਲੋ ਭਾਜੀ, ਹੁਣੇ ਲੈ ਕੇ ਆਵਾਂ। ਛੇਤੀ ਕਰ ਲਾ, ਆਜਾ ਆਜਾ, ਲੰਘ ਗਿਆ ਲੰਘ ਗਿਆ ਨਹੀਂ ਲੰਘ ਗਿਆ। ਕਿੱਡੀ ਸੋਹਣੀ ਕੁੜੀ ਹੈ, ਇਹਦੀਆਂ ਅੱਖਾਂ ਤੇ ਵੇਖ। ਓਏ ਬੱਚੀ ਕਿੱਥੇ ਈ ਤੇ ਕੁੜੀ ਕਿੱਥੇ, ਕੁੜੀ ਕਿੱਥੇ ਹੈ, ਕੁੜੀ ਕਿੱਥੇ ਆ? ਓ ਬੱਚੀ ਦੀ ਰੋਟੀ ਕਿੱਥੇ ਆ? ਆਪੇ ਪੁੱਛੀ ਕਰ ਬੈਠਾ। ਚੱਲ ਜਾ ਬਾਹਰ, ਚਵਲਾ ਜਾਂਦੇ ਆ, ਨੌਕਰਾਂ ਨੇ ਪਤਾ ਨਹੀਂ ਕਿੱਥੇ ਮਰ ਗਈ ਜੇ, ਸਾਰੇ ਘਰ ਦੇ ਕੰਮ ਮੈਨੂੰ ਕਰਨੇ ਪੈ ਜਾਂਦੇ। ਚਾਬੀ ਤੇਰਾ ਬੇੜਾ ਖਰਕ ਹੋਵੇ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ, ਕਿੱਥੇ ਸਾਂ? ਮੈਂ ਤੇਰਾ ਬੇੜਾ ਖਰਕ ਹੋਵੇ, ਤੇਰਾ ਕੱਖ ਨਾ ਰਵੇ, ਕੀ ਮਸਲਾ ਕਿਉਂ ਬੁਲਾਇਆ ਮੈਨੂੰ? ਤੇਰਾ ਖਾਣਾ ਖਰਾਬ ਹੋਵੇ, ਤੇਰਾ ਬੇੜਾ ਖਰਕ ਹੋਵੇ, ਤੈਨੂੰ ਬਿਠਾਵਾਂ ਮੋਟਰਸਾਈਕਲ ਤੇ, ਮੈਂ ਲੈ ਕੇ ਨਿਕਲਾਂ ਭਗਵਾਨਪੁਰੇ, ਧਰਮਪੁਰੇ, ਹਰਬੰਸਪੁਰੇ, ਬਸ
ਡੇਰਾ ਰਾਵੀ ਪੁਲ ਛਤਰਾ ਮੋੜ ਅੰਕ ਮਡਾਰੀ ਕਲਾ ਸਰਸ਼ਾ ਬਾਬਾ ਦੇ ਪੁੱਛੇ ਜੋਈਆਂ ਬੋਲ ਸਲੀਮ ਕੁਟਾਸ਼ੇ ਮਨ ਪਤਾ ਵੀ ਚੀਚਾ ਮੁਰੀ ਰਾਤ ਨੂੰ ਸਾਸ਼ਾ ਬਾਬਾ ਲੱਗੇ ਬੰਦਾ ਪਿੰਡੀ ਸੁਣੀ ਕਬਤ ਸ਼ਾਬਾ ਖਾਨੇ ਮੋ ਮੁਹਾਲ ਸ਼ਹਿਰ ਤੋਂ ਦੁਨੀਆ ਆ ਗੁਜਰਾਤ ਸਾਡੇ ਚਾਦਰ ਖੱਜਰ ਕਰਕੇ ਤੇ ਮਾਮਾ ਦੇ ਹਵਾਲੇ ਕਰ ਦੇਣਾ ਆ ਭਾਈ ਲਾਇ ਕਰੋ ਤੈਨੂੰ ਆਪਣੇ ਪਿਆਰ ਕਰਨੇ ਤੇ ਨਾਲ ਪਿਆਰ ਹਾਂ ਆਹੋ ਮੂੰਹ ਵੇਖੀ ਆਪਣਾ ਮੂੰਹ ਨੂੰ ਛੱਡ ਮੂੰਹ ਅੱਗੇ ਸੇਰਾ ਇਹਨਾਂ ਫਿਰ ਨੇਰਾ ਇਹਨਾਂ ਅੱਗੇ ਕੰਮ ਮੇਰਾ ਜਣਾ ਚਾਰਜਰ 2 ਘੰਟੇ ਵੱਧ ਲੱਗਾ ਰਵੇ ਬੈਟਰੀਆਂ ਉਡਾ ਕੇ ਰੱਖ ਦਿੰਦਾ ਔਰਤ ਇੱਕ ਚਟਾਨ ਮਰਦ ਇੱਕ ਪਠਾਨ ਮੈਂ ਮਰਦਾਂ ਦੀ ਕੰਨ ਨਹੀਂ ਲੱਗਣ ਦੇਣੀ ਟੈਨਸ਼ਨ ਨਹੀਂ ਲੈਣੀ ਔਰਤ ਇੱਕ ਦੀਵਾਰ ਮਰਦ ਇੱਕ ਚੋਰ ਟੱਪਿਆ ਤੇ ਉਹ ਗਿਆ ਔਰਤ ਇੱਕ ਪੈਰ ਮਰਦ ਇੱਕ ਪਨਵਾਇਆ ਇਹਦੇ ਬਾਅਦ ਤੈਨੂੰ ਗੱਲ ਨਹੀਂ ਆਣੀ ਕੀ ਔਰਤ ਇੱਕ ਮਾਂ ਬਣਾਈ ਕਿੰਨੇ ਤਖਤੀ ਚੜਦਾ ਰਿਹਾ ਨਾਰਾਜ਼
ਜਾਨ ਕਿਆ ਖਾਣਾ ਪੀਣਾ ਹੈ? ਕੋਕਟੇਲ ਜੂਸ ਮੰਗਵਾ ਲਓ। ਕੌਣ ਸਾ ਕੋਕਟੇਲ? ਇਹ ਕਿਹੜੇ ਖੋਤੀ ਦੇ ਬੱਚੇ ਨੇ ਸਿਖਾਇਆ? ਤੂੰ ਤਾਂ ਚਾਹ ਤੋਂ ਮੰਨ ਜਾਂਦੀ ਸਾਂ ਕੋਕਟੇਲ। ਕੋਕਟੇਲ ਜੂਸ ਲੈ ਕੇ ਆਓ। ਉਹ ਕੀ ਹੁੰਦਾ? ਲੋ ਕੋਕਟੇਲ ਜੂਸ ਦਾ ਨਹੀਂ ਪਤਾ, ਤੁਹਾਨੂੰ ਪਤਾ ਮੈਨੂੰ ਤੇ। ਕੋਕਟੇਲ ਜੂਸ ਚਾਰ ਜਮਾਤਾਂ ਪੜਿਆ ਹੁੰਦਾ, ਹਾਂ ਅੱਜ ਮੈਨੂੰ ਵੀ ਦੱਸ ਦਿੰਦਾ। ਚਲੋ ਅੰਦਰ ਚੱਲੀਏ, ਚਾਰ ਆ ਜਾਓ, ਆ ਜਾਓ ਅੰਦਰ ਬੈਡਰੂਮ ਤੇ। ਬਾਬਾ ਜੀ ਆਣਗੇ ਤਾਂ ਮੈਨੂੰ ਦੱਸੀ। ਓਕੇ ਠੀਕ ਹੈ ਬਾਬਾ ਜੀ ਨੂੰ। ਉਹ ਅੱਬੇ ਤੁਹਾਡੇ ਦਾ ਫੋਨ ਆਇਆ ਸੀ, ਮੈਨੂੰ ਸਮਝ ਨਹੀਂ ਆ ਰਹੀ ਬੰਦਾ ਜਾਵੇ ਤਾਂ ਜਾਵੇ ਕਿਹੜੇ ਪਾਸੇ। ਸਲਾਮਤ ਰਹੋ, ਖੁਸ਼ ਰਹੋ, ਆਬਾਦ ਰਹੋ, ਤੁਸੀਂ ਖੁਸ਼, ਮੇਰਾ ਪਾਕਿਸਤਾਨ ਖੁਸ਼। ਗੱਲ ਸੁਣ, ਕੌਮ ਨਾਲ ਖਿਤਾਬ ਚੱਲਦੇ ਆ ਅੱਗੇ ਲੀਡਰ, ਅਸੀਂ ਕੋਈ ਆਮ ਬੰਦੇ ਨਹੀਂ। ਅੱਛਾ ਜੀ, ਬਾਬਾ ਕਸ਼ਤੀਆਂ ਵਾਲੀ ਸਰਕਾਰ। ਕਿਹੜੀਆਂ ਵਾਲੀ ਸਰਕਾਰ ਹੈ? ਬਾਬਾ ਕਸ਼ਤੀਆਂ ਵਾਲੀ ਸਰਕਾਰ। ਜਿਹੜਾ ਬੰਦਾ ਕਹਿੰਦਾ ਮੈਂ ਦੁੱਧ ਪੀਣਾ, ਦਹੀਂ ਪੀਣਾ, ਮਲਾਈ ਖਾਣਾ, ਲਾਲੀਆਂ ਨਹੀਂ ਆਉਂਦੀਆਂ, ਅੱਛਾ ਗੰਦੇ ਕੰਮ ਛੱਡ ਦੇਵੇ। ਬਾਬਾ ਕੀ ਕਰੇ? ਬਾਬਾ ਕੀ ਕਰੇ? ਕਿਹੜਾ ਬਾਬਾ ਤੂੰ? ਆ ਬਾਬਾ ਹੀ ਇਹ ਹੋਰ ਜਾਂਦਾ ਲੱਗੀ ਏਡਾ ਤੂੰ ਬਾਬਾ। ਬਾਬੇ ਨੇ ਐਸੇ ਐਸੇ ਜਿਲੇ ਕੀਤੇ, ਸਿਆਂਤ ਪੁੱਟੀ ਕਰ ਚਲੀ। ਕਿਹੜੀ ਕੁੜੀ ਨਾਲ ਇੰਜੋਏ ਕਰਦੇ ਹੋ? ਹਾਂ ਅਮਲ ਹੋ ਜਾਂਦਾ। ਆਹੋ ਅਸੀਂ ਵੀ ਧੀਆਂ ਭੈਣਾਂ ਵਾਲੇ ਜਮੀ ਵਾਲੇ ਆ। ਹਾਂ ਜਿੰਨਾ ਮਰਜ਼ੀ ਇੰਜੋਏ ਕਰੋ, ਹਮਲ ਨਹੀਂ ਹੋਏਗਾ। ਉਹ ਕਿਵੇਂ? ਖੁਸਰੇ ਰੱਖੋ, ਖੁਸਰੇ ਬਾਬਾ। ਬਾਬਾ ਕਸ਼ਤੀਆਂ ਵਾਲੀ ਸਰਕਾਰ। ਅੱਛਾ ਕਸ਼ਤੀਆਂ ਵਾਲੀ ਸਹੋ, ਕੋਈ ਚਿੱਲਾ ਕੱਟਿਆ ਹੋਵੇ। ਕੱਪੜੇ ਪਾ ਕੇ ਬਾਹਰ ਨਿਕਲਦੇ ਹੋ? ਆਹੋ ਕੱਪੜੇ ਗੰਦੇ ਹੋ ਜਾਂਦੇ ਨੇ। ਹਾਂ ਜਿਵੇਂ ਮਰਜ਼ੀ ਫਿਰੋ, ਕੱਪੜੇ ਗੰਦੇ ਨਹੀਂ ਹੋਣਗੇ। ਬਾਬੇ ਨੇ ਚਿੱਲਾ ਕੀਤਾ, ਕਾਮਯਾਬ ਹੋ ਗਿਆ। ਉਹ ਕਿਵੇਂ ਬਾਬਾ ਜੀ? ਨੰਗੇ ਫਿਰੋ, ਨੰਗੇ ਪਤਾ ਲੱਗ ਗਿਆ ਬਾਬਾ ਜੀ। ਮੇਰੇ ਪੀਰੋ ਮੁਰਸ਼ਦ ਇਹਨੂੰ ਪਰੇ ਰੱਖ। ਕੀ ਹੋਇਆ ਬਾਬਾ? ਮੈਨੂੰ ਇੰਝ ਨਹੀਂ ਲੱਗਦਾ ਮੇਰੇ ਹਰ ਪਰ ਗੇਨ ਵਜਾ। ਬਾਬਾ ਜੀ, ਬਾਬਾ ਜੀ ਮੈਂ ਤੁਹਾਡਾ ਆਸਥਾਨਾ ਵੇਖਣਾ। ਬਾਬਾ ਬੇਟਾ, ਅਸਤਾਨਾ ਵੇਖਣ ਤੋਂ ਪਹਿਲੇ ਤੈਨੂੰ ਮੋਕਲ ਚੁੱਕਣਾ ਪੈਣਾ। ਮੋਕਲ ਮੈਂ? ਬਾਬਾ ਜੀ ਆ ਗਏ ਨੇ ਮੋਕਲ, ਅਸੀਂ ਤੇਰਾ ਮੱਥਾ ਪੜ ਕੇ ਦੱਸ ਸਕਦੇ ਆ। ਬਾਬਾ ਜੀ ਮੇਰਾ ਤੇ ਏਡਾ ਵੱਡਾ ਪੜ ਰਿਹਾ ਲੈਣਾ। ਓਏ ਬਾਬੇ ਨੂੰ ਜੁਗਤਾ ਕਰ ਰਿਹਾ? ਬਾਬਾ ਜੀ ਮੈਂ ਘੁਮਰਾਸੀ ਆ ਬੱਟਾਂ। ਤੇਰਾ ਮੱਥਾ ਦੱਸ ਰਿਹਾ ਕਿ ਤੇਰੀ ਅੰਮੀ ਦਾ ਨਾਂ ਪੁੱਛ ਰਿਹਾ? ਵਾਹ, ਆਹੋ ਆਹੋ ਸਾਡੇ ਆਸਥਾਨੇ ਦੀ ਬੜੀ ਵੱਡੀ ਕਸ਼ਤੀ ਹੋਈ ਹੋ। ਭਲੇ ਬੱਚਾ ਬਾਬਾ ਜੀ, ਤੁਹਾਨੂੰ ਬੜੀ ਬੜੀ ਦੂਰ ਲੱਭ ਗਿਆ ਬਾਬਾ ਜੀ, ਸ਼ੁਕਰ ਤੁਸੀਂ ਹੱਥ ਲੱਭ ਗਏ ਹੋ। ਬਾਬਾ ਜੀ ਹੁਕਮ, ਤੁਹਾਡੀ ਮਿਹਰਬਾਨੀ, ਕੋਈ ਐਸਾ ਤਵੀਜ਼ ਦਿਓ ਕਿ ਮੈਂ ਤੁਹਾਡੀ ਭੈਣ ਕੱਢ ਲਾ। ਬਾਬਾ ਜੀ ਤੁਹਾਡੀ ਮਿਹਰਬਾਨੀ, ਬਾਬਾ ਜੀ ਤੁਸੀਂ ਬੜੇ ਤਰਲੀ ਵਾਲੇ ਹੋ। ਚੱਲ ਦੋ ਬਾਬਾ ਜੀ, ਅਗਰ ਮੇਰਾ ਕੰਮ ਹੋ ਗਿਆ ਤਾਂ ਮੈਂ ਤੁਹਾਡੇ ਉੱਤੇ ਬੱਕਰਾ ਚੜਾਵਾਂਗਾ, ਚੱਲ ਤੇਰੇ ਤੇ ਚੜਾ ਲਿਆ ਵਾ। ਕਿੱਡਾ ਬੁਰਾ ਲੱਗੇਗਾ ਬਾਬੇ ਨੂੰ ਕਰੇਗਾ ਫੋ। ਬਾਬਾ ਜੀ ਮੇਰੀ ਯਾਰ, ਮੇਰਾ ਆਲਮਗੀਰ ਯਾਰ ਨਾਲ ਮੇਰੀ ਗੱਲ ਹੋਈ ਹੈ, ਉਹਨੇ ਕਿ ਚੜਾ ਲਈ। ਨਾ ਬੱਚਾ ਨਾ, ਬਾਬਾ ਜੀ ਕਿਸੇ ਨੀ ਕਹੀਦਾ ਧੀ ਭੈਣ, ਮੇਰੇ ਨਾਲ ਚੱਲ, ਮੈਂ ਤੈਨੂੰ ਉਹੀ ਦੇ ਦੇਣਾ। ਮਾਸ਼ੀ ਵਾਹ ਬਾਬਾ ਜੀ, ਤੁਸੀਂ ਤੇ ਬੜੇ ਪਹੁੰਚੇ ਬਜ਼ੁਰਗ ਹੋ। ਐਸੇ ਪਹੁੰਚੇ? ਤੁਹਾਡੇ ਵਾਲ ਸਾਹਿਬ ਦਾ ਫੋਨ ਆਇਆ, ਓਏ ਉਹਨੇ ਕਿਹਾ ਮੈਨੂੰ ਪੋਤਰਾ ਪੋਤਰੀ ਚਾਹੀਦਾ। ਐ ਬਾਬਾ, ਇੱਕ ਸਾਲ ਦੇ ਵਿੱਚ ਵਿੱਚ ਵਿਆਹ ਕਰ ਕੇ ਆਉਨੇ? ਕੀ ਬਾਬਾ ਜੀ ਵਾਹ, ਸਾਨੂੰ ਕਿਵੇਂ ਪਤਾ? ਬਾਬੇ ਕਿਵੇਂ ਲੱਗਾ ਤੁਹਾਨੂੰ ਪਤਾ? ਇਹਨੇ ਰਸਲਾ ਕਰਵਾਈਆਂ ਇਹਨੇ।
ਬਾਬਾ ਜੀ ਮੇਰੇ ਤੇ ਨਾ ਪਵਾ ਦਿਓ ਪੋਤੀ ਪੋਤਾ। ਬਾਬਾ ਜੀ ਕਿੱਧਰ ਉੱਤੇ ਪਾ ਰਹੇ ਹੋ ਤੁਸੀਂ? ਤੇਰੀ ਗੱਲ ਕਰ ਰਹੇ ਆ। ਹਾਂ ਬਾਬਾ ਜੀ ਅਸੀਂ ਹੁਣੇ ਸਾਹ ਲਾ ਲੈਨੇ ਆ। ਬਾਬਾ ਜੀ ਮੇਰਾ ਲਾਓ, ਆਪਣੇ ਲਾਉਂਦੇ ਰਹਿੰਦੇ ਹੋ। ਆ ਕਿਸਮਈ ਦੇ ਦਾਣੇ ਨੇ, ਕਿਸਮਈ ਦੇ ਐ ਹੁਣੇ ਸੁੱਟਾਂਗੇ। ਆਹਾ ਤੇਰੇ ਮੁਕੱਦਰ ਦਾ ਪਤਾ ਲੱਗ ਪੀ। ਇਹ ਬਾਬਾ ਜੀ ਕੀ ਹੈ? ਇਹ ਇਹ ਬਾਬਾ ਜੀ ਅੰਮੀ ਕੋਲ ਜਾਣਾ ਹੈ। ਮੇਰਾ ਸਾਹ ਲਾਓ, ਨਾ ਸਵੇਰ 5 ਵਜੇ ਆਉਣਾ ਹੈ। ਬਾਬੇ ਜੀ ਆਪਣੀ ਕੋਲ ਜਾਣਾ, ਤੇਰੀ ਕੋਲ ਨਹੀਂ। ਕੀ ਮੇਰੀ ਅੰਮੀ ਦਾ ਨਾਂ ਪੁੱਛਣਾ? ਓਏ ਨਿਕਲੇ ਸਨ ਆਰਡਰ ਬਾਬਾ ਜੀ। ਬੇਟਾ ਤੇਰੇ ਕੋਲ ਸਿਰਫ 15 ਮਿੰਟ ਨੇ, 15 ਮਿੰਟਾਂ ਨੇ ਮੇਰੇ ਵਿਆਹ ਕਰਕੇ ਆ। 15 ਮਿੰਟਾਂ ਚ ਬਾਬਾ ਜੀ ਕਿਵੇਂ ਵਿਆਹ? ਮੈਨੂੰ ਕੀ ਪਤਾ। ਬਾਬਾ ਜੀ ਇਜਾਜ਼ਤ ਦੇ, ਇਜਾਜ਼ਤ ਦੇ ਜਾ ਤਾਲਾ ਦਾਦਾ ਕਰੂ ਨਾ ਦਿਲ ਸ਼ੋਰ ਮਾਲਾ ਲੋੜਾ ਚਿਲਮ ਪਰ ਚਰਸਾ ਬਈ ਚੁਗਲੀ ਮਾਲਾ ਲੋੜਾ ਪਸ਼ਮਵਾ। ਇਹ ਕੌਣ ਹੈ? ਮੇਰਾ ਮੋਕਲ ਹੈ। ਮੋਕਲ ਜੀ ਕਹਿੰਦਾ ਪੁੱਛਣਾ ਟਗਰ ਟਗਰ ਦੇ ਨਤੀਏ ਤੇਰੇ ਨਾਲ ਆ ਗਏ। ਜੇ ਵੱਡੀ ਬੀਬੀ ਜੀ ਨੂੰ ਪਤਾ ਲੱਗ ਗਿਆ ਉਹਨਾਂ ਨੇ ਬੁਰਾ ਹਾਲ ਕਰ ਦੇਣਾ ਇਹਦਾ। ਵੇ ਕਿਉਂ ਇਹਦੇ ਚੋਰ ਖਾ ਕੇ ਸੋਹਣੇ ਲੱਗਣਾ, ਬਲਕਿ ਮੇਰਾ ਪੁੱਤਰ ਹੀ ਹੈ ਮੇਰਾ ਬੱਚਿਆ।
ਪਰ ਜਵਾਂਸ ਹੈ ਨਾ, ਹਾਂਜੀ, ਤੂੰ ਉਦੋਂ ਵੀ ਮੈਨੂੰ ਸੋਹਣਾ ਨਹੀਂ ਸੀ ਲੱਗਦਾ। ਤੇਰੀ ਐਸੀ ਸ਼ਕਲ ਹੀ ਕੁੱਤੇ ਦੇ ਚਾਂਪ ਵਰਗਾ ਮੂੰਹ ਹੈ ਤੇਰਾ, ਸਿੰਧੀ ਕੁਹਾੜੀ ਵਰਗਾ ਮੂੰਹ ਹੈ ਤੇਰਾ, ਮਰਨੇ ਆ ਰੋੜੀ ਮੋਮਬੱਤੀ ਵਰਗਾ ਤੂੰ ਲੱਗਣਾ, ਪੁੱਛੇ ਦੀਵੀ ਵਰਗਾ ਲੱਗਣਾ, ਟੁੱਟੀ ਸੱਖ ਵਰਗਾ ਤੇਰਾ ਮੂੰਹ ਹੈ, ਪੈਂਚਰ ਸ਼ੁਦਾ ਚੂਹੀ ਲੱਗਣਾ ਉੱਤਰ ਜਾਣਿਆ, ਮਰੀ ਕੋਲ ਕਿਲੀ ਜਿਹਾ ਬਚਿਆ ਤੇਰਾ, ਕੱਦ ਕੰਡਾ ਨਾ ਰਵੇ ਤੇ ਸੁੱਤੀ ਮਾਰਿਆ ਬਚਿਆ। ਤੈਨੂੰ ਕਿੰਨੇ ਕਿਹਾ ਛੇੜ ਉਹਨਾਂ ਨੂੰ, ਮੈਨੂੰ ਕਿਹਾ ਕੁਛ ਵੇ ਕੀ ਚੀਜ਼ ਨਾਲ ਲਾਲ ਫਿਰ ਸਾਰੀ ਉਮਰ ਆ। ਬਾਬਾ ਕਿਸ਼ਤੀਆਂ ਵਾਲੀ ਸਰਕਾਰ, ਤੇਰੀ ਕਿਸ਼ਤੀ ਚ ਪਾਣੀ ਮਾਰਿਆ ਬਾਬਾ, ਤੇਰੀ ਕਿਸ਼ਤੀ ਡੁੱਬੇ ਉਸ ਥਾਂ ਤੇ ਜਿੱਥੇ ਉਹਨੂੰ ਪਾਣੀ ਨਾ ਲੱਗੇ, ਮੇਰੀ ਗੱਲ ਤਾਂ ਸੁਣ, ਤੇਰੀ ਨਿੱਕੀ ਜਿਹੀ ਕਿਸ਼ਤੀ ਹਰ ਥਾਂ ਤੇ ਡਰ ਜਾਂਦੀ ਹੈ, ਮੇਰੀ ਗੱਲ ਤਾਂ ਸੁਣ, ਤੇਰੀ ਵੱਡੀ ਕਿਸ਼ਤੀ ਦੀ ਹੋਵੇ ਤਾਂ ਸਾਡਾ ਕੀ ਸਾਰੇ ਪੰਜਾਂ ਰੁਪਈਆ ਰੱਖ ਲਾ ਜੀ ਖਾਨ ਸਾਹਿਬ।
ਐਸੀ ਤੁਸੀਂ ਮੈਨੂੰ ਘਰ ਪਾਇਆ ਆਂਦਾ ਕੰਜਰ ਮਾਰਦਾ ਦੇ ਨਾ ਨਾ ਜਾਨ ਤੇਰੀ ਜਾਨ ਮੇਰੀ ਜਿੱਸੀ ਮੇਰਾ ਪਿਆਰ ਮੇਰੀ ਮੁਹੱਬਤ ਆਦੋ ਅਸੀਂ ਵਿਆਹ ਕਰਕੇ ਬੜੇ ਖੁਸ਼ ਰਹਾਂ ਮੇਰੇ ਆਉਣ ਤੋਂ ਪਹਿਲਾਂ ਮਸ਼ਹਿਰੀ ਗੰਦੀ ਕਰਤੀ ਨਹੀਂ ਉਹ ਕਹਿੰਦੇ ਮੇਰਾ ਘਰ ਹੈ ਇਹਦੇ ਨਾਲ ਵਿਆਹ ਕੀਤਾ ਵੇਖ ਕੌਣ ਭੈਣ ਮੇਰੀ ਏ ਹੋ ਹੈ ਭੈਣ ਮੇਰੀ ਕੀ ਹੁੰਦਾ ਮੇਰਾ ਨਾਂ ਜਮਲ ਤੇ ਲੱਡੀ ਹੈ ਜਮਲ ਪਾ ਲੱਡੀ ਹੈ ਜਮਲ ਆਪਾਂ ਛੱਡਦੇ ਜਾਓ ਹੋਰ ਕਿਸੇ ਦਾ ਕੋਈ ਅਸਲਾ ਰਹਿ ਗਿਆ ਹੋਵੇ ਜਾਨ ਜੀ ਜਾਨ ਤੁਹਾਡੀ ਤਮਾਸ਼ ਵੀ ਨਹੀਂ ਦੇਖ ਕੇ ਲੱਗਦਾ ਮੈਂ ਕੰਜਰ ਹੀ ਹਾਂ ਜਾਨ ਤੁਹਾਡਾ ਮੇਰਾ ਹੋ ਗਿਆ ਵਿਆਹ ਹਾਂ ਜਾਨ ਮੇਰਾ ਘਰ ਕਿਹਸਾ ਲੱਗਾ ਮਾਸ਼ਾਅੱਲਾ ਘਰ ਤੇ ਬਹੁਤ ਸੋਹਣਾ ਜਾਨ ਹਜੇ ਤੁਸੀਂ ਬਾਗ ਨਹੀਂ ਵੇਖਿਆ ਦੇਖ ਲਿਆ ਮੈਂ ਬੜੇ ਗੁਲਾਬ ਦੇ ਫੁੱਲ ਮੋਤੀਏ ਦੇ ਫੁੱਲ ਗੈਂਡੇ ਦਾ ਫੁੱਲ ਪਿੱਛੇ ਭੌਂਕਣ ਵਾਲਾ ਫੁੱਲ ਵੀ ਲਾਇਆ ਉਹਨੂੰ ਨਹੀਂ ਵੀ ਪਾਣੀ ਲਾਇਆ ਸਾਰਾ ਵੱਧ ਗਿਆ ਜਾਨ ਮਹਿਮਾਨਾਂ ਨੂੰ ਇਸ ਤਰ੍ਹਾਂ ਨਹੀਂ ਕਹੀ ਜਾਨ ਖਾਣਾ ਪੀਣਾ ਕੀ ਹੈ ਮੇਰੇ ਘਰ ਆਇਓ ਇਸ ਤਰ੍ਹਾਂ ਕਰੋ ਪੀਜ਼ਾ ਮੰਗਵਾ ਲਓ ਗੁੱਡ ਮੈਨੂੰ ਵੀ ਪੀਜ਼ਾ ਪੀਜ਼ੇ ਦਾ ਆਰਡਰ ਕਰ ਆਏ ਓਕੇ ਨਹੀਂ 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 ਕਿਉਂ ਅਸੀਂ ਸ਼ਵਾਰਮਾ ਖਾਵਾਂਗੇ ਪੀਜ਼ਾ ਹੀ ਆਏਗਾ ਜਾਨ ਛੱਡ ਦਿਓ ਤੁਸੀਂ ਨਹੀਂ ਜਾਨ ਸ਼ਵਾਰਮਾ ਮੰਗਵਾਓ ਕਿਉਂ ਕਿਉਂਕਿ ਉਹਨੇ ਸ਼ਵਾਰਮਾ ਚੁੱਪਣਾ ਹੈ ਤੇ ਜੇ ਉਹਨੇ ਚੁੱਪਣਾ ਹੀ ਹੈ ਸ਼ਵਾਰਮਾ ਤੇ ਫਿਰ ਸ਼ਵਾਰਮਾ ਰਹਿਣ ਦਿੰਦੇ ਦਿਲ ਲਗਾ ਕੇ ਕਾਫੀ ਖੁਸ਼ਕ ਹੋ ਹਰ ਗੱਲ ਤੇ ਤੇਲ ਲਾ ਰਹੇ ਹੋ ਅੱਛਾ ਜਾਨ ਜੀ ਜਾਨ ਕੀ ਕਹਿ ਰਹੇ ਹੋ ਤੁਸੀਂ ਕੀ ਹੈ ਸ਼ਵਾਰਮਾ ਮੈਂ ਕਹਿ ਰਹੀ ਹਾਂ ਸ਼ਵਾਰਮਾ ਮੰਗਾ ਲਓ ਜੋ ਜਮਾਲੋ ਕਹੇਗੀ ਉਹ ਹੋਏਗਾ ਅੱਛਾ ਜੀ ਹਾਂ ਤੇ ਜਾਨ ਅਸੀਂ ਸੁਹਾਗਰਾਤ ਕਿੱਥੇ ਮਨਾਵਾਂਗੇ ਆਬਵੀਅਸਲੀ ਪੈਰਿਸ ਮੇ ਪੈਰਿਸ ਗੁੱਡ ਕੰਟਰੀ ਪੈਰਿਸ ਦੀਆਂ ਦੋ ਟਿਕਟਾਂ ਕਰਾ ਓਕੇ ਨਹੀਂ 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 ਕੀ ਹੋਇਆ ਮੱਛਰ ਅਸੀਂ ਦੁਬਈ ਜਾਵਾਂਗੇ ਦੁਬਈ ਨਹੀਂ ਅਸੀਂ ਪੈਰਿਸ ਹੀ ਜਾਵਾਂਗੇ ਨਹੀਂ ਨਹੀਂ ਜਾਨ ਅਸੀਂ ਦੁਬਈ ਜਾਵਾਂਗੇ ਜੋ ਜਮਾਲੋ ਕਹੇਗੀ ਉਹ ਹੋਏਗਾ ਇਹਨੂੰ ਸੁਹਾਗਰਾ ਤੋਂ ਪਰੇ ਰੱਖਣਾ ਕਿਉਂਕਿ ਮੈਨੂੰ ਔਲਾਦ ਚਾਹੀਦੀ ਇਹ ਨਾ ਨਾ ਵੇ ਕਵੇ ਇੰਜ ਨਹੀਂ ਇਹ ਇੰਜ ਜਾਂ ਤੁਸੀਂ ਟੈਨਸ਼ਨ ਨਾ ਲਓ ਮੈਂ ਰਸ਼ ਪਾ ਦਿਆਂਗੀ ਰਸ਼ ਤੁਹਾਡੀ ਮਾਂ ਦਾ ਉਸੇ ਇਥੇ ਮੇਰੀ ਸੁਹਾਗਰਾ ਤੇ ਜਾਨ ਜਾਨ ਮੇਰਾ ਤਲਕ ਬਹੁਤ ਹੈ ਨਾ ਅੱਛਾ ਜਾਨ ਇਹ ਦੱਸੋ ਹਾਂਜੀ ਗੱਡੀ ਕਿਹੜੀ ਲੈਣੀ ਗੱਡੀ ਮੈਂ ਲੈਣੀ ਓਡੀ ਕਿੱਡੀ ਓਡੀ ਹਾਂ ਤੁਹਾਡੀ ਓਡੀ ਬੰਦੀ ਹੈ ਨਹੀਂ 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 ਅਸੀਂ ਲੈਂਡ ਕਰੂਜ਼ਰ ਲੈਣੀ ਕਿਹੜੀ ਕਰੂਜ਼ਰ ਲੈਂਡ ਕਰੂਜ਼ਰ ਬੇਟਾ ਤੇਰੀ ਲੈਂਡ ਬਹੁਤ ਛੋਟੀ ਹੈ ਤੇ ਕਰੂਜ਼ਰ ਬਹੁਤ ਵੱਡਾ ਹੈ ਬਾਜੀਆ ਵੇਖ ਲੈ ਜਾਂ ਜੀ ਜੀ ਮੈਂ ਜਮਾਲੋ ਨੂੰ ਬੜੀ ਮੁਸ਼ਕਲਾਂ ਦੇ ਨਾਲ ਪਾ ਲਿਆ ਹੈ ਤੁਸੀਂ ਇਹਦਾ ਮਜ਼ਾਕ ਉਡਾ ਰਹੇ ਹੋ ਮੇਰੀ ਸੋਹਣੀ ਭੈਣ ਤੁਹਾਨੂੰ ਆਪਣੇ ਆਪ ਸ਼ਰਮ ਹੀ ਨਹੀਂ ਆਉਂਦੀ ਇਹਨੂੰ ਫੜ ਮੈਂ ਜੰਮਿਆ ਕਲੂਜ਼ਰ ਨਹੀਂ ਲੈਣਾ ਅੱਛਾ ਜਾ ਅੱਛਾ ਜਾ ਕੁਛ ਨਹੀਂ ਹੁੰਦਾ ਜਮਾਲੋ ਹਾਂ ਉੱਚਾ ਨੀਵਾ ਹੋ ਗਿਆ ਹੀ ਕੋਈ ਗੱਲ ਨਹੀਂ ਅੱਛਾ ਜਾਨ ਹਾਂ ਸੁਹਾਗਰਾ ਤੋਂ ਪਹਿਲੇ ਇਹਨਾਂ ਇੱਕ ਪ੍ਰੋਬਲਮ ਹੈ ਵਾਟਸ ਯੋਰ ਪ੍ਰੋਬਲਮ ਇਹ ਕਿ ਮੈਂ ਆਪਣੇ ਮੁਰਸ਼ਦਾਂ ਤੋਂ ਪੁੱਛੇ ਬਗੈਰ
ਚੁੱਪ ਜਾ। ਚੱਲ ਤੇਰੀ ਅੰਮੀ ਲੱਭਣ ਲਈ ਤੈਨੂੰ। ਆਹੋ ਬਾਬਾ ਜੀ ਮੈਂ ਮੇਰੇ ਨਾਲ ਏ। ਓ ਮਾਫੀ ਚਾਹੁੰਦਾ ਬਾਜੀ ਮੈਂ ਨਹੀਂ ਇਸ ਘਰ ਚ ਰਹਿਣਾ। ਬਾਬਾ ਜੀ ਉਹਦੀ ਮਮਤਾ ਹੀ ਫੋੜਾ ਕਰਦੀ ਸੀ। ਬਾਜੀ ਮੈਂ ਨਹੀਂ ਇਸ ਘਰ ਚ ਰਹਿਣਾ। ਕਿਉਂ? ਮੇਰੀ ਇੱਥੇ ਇੱਜ਼ਤ ਹੀ ਨਹੀਂ ਸੇਫ। ਕੋਈ ਗੱਲ ਨਹੀਂ ਜੁਆਏ ਕਰ ਹੀ ਜੁਆਏ। ਤੂੰ ਚਾਹਨਾ ਤੇਰੀ ਇੱਜ਼ਤ ਸੇਫ ਹੋ ਜੇ ਤੂੰ ਸਾਡੀ ਸੇਫ ਚ ਰਹੀਂ। ਬਿਸਮਿਲ੍ਲਾ ਬਾਬਾ ਜੀ ਅੱਲਾ ਦੀ ਕਸਮ ਹੈ ਕੁਝ ਨਹੀਂ ਕਹਿੰਦੀ ਤੁਹਾਨੂੰ। ਬਾਬਾ ਜੀ ਮੈਨੂੰ ਮਾਫ ਕਰ ਦਿਓ। ਮੈਂ ਕਹਿੰਦੀ ਆ ਬਾਬਾ ਜੀ ਕੀ ਹੋ ਗਿਆ ਜੇ? ਹਾਏ ਹਾਏ ਰਾ ਖਾਨਾ ਵੇ ਨੂੰ ਸਹੀ ਕਰੋ ਵੇ ਪਾਗਲ ਹੋ ਗਏ ਹੋ। ਕੀ ਹੋਇਆ ਬਾਬਾ ਜੀ? ਬਾਬਾ ਜੀ ਮੈਂ ਚੱਲੀ ਆ ਠੀਕ ਹੋ ਜਾਓ। ਬਾਬਾ ਜੀ ਇਹ ਕੌਣ ਹੈ? ਇਹ ਬਾਬਾ ਜੀ ਮੇਰੀ ਵੱਡੀ ਭੈਣ ਹੈ। ਮੈਂ ਭੈਣ ਬਣਾ ਲਈ, ਮੇਰੀ ਭੈਣ ਨਹੀਂ ਕੱਢੇਗੀ। ਇਹਨੂੰ ਅੰਦਰ ਲੈ ਕੇ ਜਾ, ਅਸੀਂ ਕੋਈ ਜ਼ਰੂਰੀ ਗੱਲ ਕਰਨੀ ਹੈ। ਬਾਬਾ ਜੀ ਹਿਸਾਬ ਲਾ ਕੇ ਅੰਦਰ ਜਾ ਕੇ ਇਹਨੇ ਕਹੀ ਨਹੀਂ। ਹਾਏ ਜਾ ਲੈ ਜਾ ਇਹਨੂੰ। ਬਾਬਾ ਜੀ ਹਿਸਾਬ ਲਾ ਕੇ ਦੱਸੋ। ਹਿਸਾਬ ਹੀ ਲਾ ਰਿਹਾ, ਹੋਰ ਕੀ ਕਰ ਰਿਹਾ? ਥੋੜਾ ਤੁਹਾਡੇ ਘਰ ਬੱਚੇ ਕਿੰਨੇ ਨੇ? ਤੇਰੇ ਘਰ? ਹਾਂਜੀ ਤੇਰੇ ਘਰ 19 ਬੱਚੇ ਹੋਣਗੇ। ਮਾਸ਼ਾ ਅੱਲਾ। ਬਾਬਾ ਜੀ ਵੇਖਿਆ ਬਾਬਾ ਨੇ ਗੋਡਿਆਂ ਚੋਂ ਵੇਖ ਲਏ। ਵਾਹ ਤੇਰੇ ਚੋਂ ਨਹੀਂ, ਹਾਂ ਇਹਨਾਂ ਚੋਂ। ਕੀ ਮਤਲਬ ਹੈ ਬਾਬਾ ਜੀ? ਇਹ ਦੁਆ ਕਰਨਗੇ। ਅੱਛਾ ਦੁਆ। ਬਾਬਾ ਕਸ਼ਤੀ ਵਾਲੀ ਸਰਕਾਰ ਨੂੰ ਰਾਣੀ ਦੇ ਨਾਲ ਝੂਠ ਨਹੀਂ ਬੋਲਦਾ। ਓਏ ਹੋਏ ਮਾਸ਼ਾ ਅੱਲਾ। ਚਲੋ ਗਾਗਾ ਅੰਦਰ ਭੇਜ। ਜਾਨ ਤੁਸੀਂ ਅੰਦਰ ਚਲੋ ਸੁਆਗਰਾ ਤਾਲੇ ਕਮਰੇ ਚ। ਜਾਨ ਜੀ ਜੀ ਅੱਜ ਸਾਡੀ ਸੁਆਗਰਾ ਤੇ। ਆ ਮੇਰੀ ਆਖਰੀ ਹੈ। ਜਾਨ ਜੀ ਜਲਦੀ ਆਣਾ। ਬਾਬਾ ਜੀ ਜਾਦਾ ਮੁਸ਼ਕੀ ਫਿਰਨ ਲਈ ਮੁਸ਼ਕੀ। ਜਾਨ ਜੀ ਬਾਬਾ ਜੀ ਇਜਾਜ਼ਤ ਆ ਫਿਰ। ਜ਼ਮਾ ਦੇ ਰੁਕ ਜਾ। ਕੀ ਹੋਇਆ ਬਾਬਾ ਜੀ? ਖਾ ਸਾਡੇ ਮੋਕਲ ਕਹਿ ਰਹੇ ਨੇ ਆ ਤੂੰ ਅੰਦਰ ਜਾਏਗਾ, ਕੁੜੀ ਮਨਹੂਸ ਹੈ ਤੇਰੇ ਵਾਸਤੇ। ਮਨਹੂਸ ਹੈ? ਇਹਨੂੰ ਮਾਂ ਭੈਣ ਸਮਝ, ਇਹਨੂੰ ਬਾਬੇ ਨੂੰ ਚੜਾਵਾ ਚੜਾ ਦੇ। ਕਿਹਨੇ ਕਿਹਾ ਬਾਬਾ ਜੀ? ਸਾਡੇ ਮੋਕਲ ਲੱਗਿਆ। ਜ਼ਮਾ ਦੇ ਕੋਈ ਜ਼ਮਾ ਦੇ ਕੀ? ਓਏ ਉਹਨੇ ਤੈਨੂੰ ਕੀ ਕਿਹਾ? ਉਹ ਭਰਾ ਹੈ ਆਪਣਾ। ਉਹਨੂੰ ਕਹਿ ਰਹੇ ਮੋਕਲ? ਉਹ ਮੋਕਲ ਵਖਰੇ ਬੈਠਾ ਜੀ। ਦੂਜਾ ਵਿਆਹ ਬਾਬਾ ਜੀ? ਦੂਜਾ ਵਿਆਹ ਕਰ। ਚੱਲ ਰੇ ਚੱਲ, ਸਾਡਾ ਕੰਮ ਵੀ ਕੁਸ਼ਤੀਆਂ ਲੈ, ਪਰ ਸਾਡੀਆਂ ਕੁਸ਼ਤੀਆਂ ਹਫ਼ਤੇ ਤਿਉਹਾਰ ਨੂੰ ਲੱਗਦੀਆਂ। ਮੇਰਾ ਨਾਂ ਹੈ ਬੁਲਬੁਲ ਤੇ ਮੈਂ ਨਹੀਂ ਮੰਨਦੀ, ਨਹੀਂ ਮੰਨਦੀ, ਮੈਂ ਨਹੀਂ ਮੰਨਦੀ। ਮੇਰਾ ਨਾਂ ਹੈ ਬੁਲਬੁਲ, ਮੈਂ ਤੈਨੂੰ ਕਿਹਾ ਮੈਂ ਨਹੀਂ ਮੰਨਦੀ, ਨਹੀਂ ਮੰਨਦੀ, ਨਹੀਂ ਮੰਨਦੀ। ਤੂੰ ਜਿੱਥੋਂ ਨਹੀਂ ਮੰਨਦੀ ਮੈਂ ਜਗ੍ਹਾ ਹੀ ਭੰਨ ਦੇਣੀ। ਮੈਂ ਤੈਨੂੰ ਦੱਸਾਂ ਮਰ ਜਾਣਿਆ ਪਾਣੀ ਲਾ ਕੇ ਜਵਾਨ ਕਰ ਲਈ? ਨਹੀਂ ਇਹਦੇ ਨਾਲ ਕੀਤਾ ਜਾਵੇ? ਨਹੀਂ ਇਹਦੇ
ਤੂੰ ਕੌਣ ਭਰਾ ਮੇਰੇ ਆ? ਤੁਸੀਂ ਮੇਰੀ ਬਾਜੀ ਨਾਲ ਸ਼ਾਦੀ ਕੀਤੀ ਏ। ਅੱਛਾ ਤੂੰ ਵੀ ਉਹਦੇ ਨਾਲ ਏ? ਹਾਂਜੀ। ਕਿੱਥੇ ਕਰ ਲਿਆ ਮੈਂ ਫੇਰ ਜਾਨ? ਕਿਹੜਾ ਇਲਾਕਾ ਫੇਰਦਾ ਰਿਹਾ? ਓਏ ਮੇਰਾ ਜਾਵਾ। ਬਸ ਬਈ ਬਸ ਮੇਰੀ ਜ਼ਿੰਦਗੀ ਜਾਨ ਮੈਨੂੰ ਪਤਾ ਨੀ ਜਿਹੜੀਆਂ 50 ਰੁਪਏ ਦੀਆਂ ਚਾਰ ਨੇ। ਪਤਾ ਨੀ ਜਾਨ ਹੁੰਦੇ ਉਹ ਵੀ ਨੀ ਆਉਂਦੀਆਂ 50 ਦੀ। ਓਏ ਚੱਲ ਉਸ ਦੁਮਚੀਆਂ ਕੇ ਕਿਥੋਂ ਅਸੀਂ ਖਾਣੇ ਤਰਲੇ ਮਰਲੇ ਆ। ਤੈਨੂੰ ਜੁ ਦੁਮਚੀਆਂ ਨਾਲ ਤੈਨੂੰ ਕੁੱਕਣ ਲਾਵਾਂ। ਕਿਉਂ ਆਂਡੇ ਨਹੀਂ ਕਢਾਣੇ? ਅੱਛਾ ਜਾਨ ਇਹ ਦੱਸੋ, ਹਾਂਜੀ ਅਸੀਂ ਸੁਹਾਗਰਾਤ ਕਿੱਥੇ ਮਨਾਵਾਂਗੇ? ਅਸੀਂ ਹਾਂਜੀ ਕਿੱਧਰ? ਜਾਨ ਲੰਡਨ। ਲੰਡਨ? ਲੰਡਨ ਦੀਆਂ ਦੋ ਟਿਕਟਾਂ ਕਰਾ। ਮੈਂ ਨਹੀਂ ਮਰਦੀ, ਮੈਂ ਨਹੀਂ ਮਰਦੀ, ਮੈਂ ਨਹੀਂ ਮਰਦੀ। ਕੀ ਤਕਲੀਫ ਕੀ ਹੈ ਤੈਨੂੰ? ਬਾਜੀ ਅਸੀਂ ਭਾਈ ਫੇਰ ਨੂੰ ਮਨਾਵਾਂਗੇ। ਉੱਥੇ ਭਾਈ ਫਿਰ ਫਿਰ ਕੇ ਆਂਦਾ, ਫਿਰ ਫਿਰ ਕੇ ਮੈਨੂੰ ਖਲੀਆਂ ਨਾ ਪਵਾ, ਮੈਂ ਸੁਹਾਗਰਾਤ ਵੀ ਮਨਾਣੀ। ਜਾਨ ਜਾਨ ਜੋ ਬੁਲਬੁਲ ਕੇ ਕੀ ਉਹੀ ਹੋਏਗਾ ਭਾਈ। ਫਿਰ ਉਹਦੀ ਬੱਸ ਦੀ ਛੱਤ ਦੀ ਟਿਕਟ ਕਰਾਵਾਂ। ਰਹਿਣ ਦੇ ਜਾਨ। ਹਾਂਜੀ ਤੁਹਾਡੇ ਅਕਾਊਂਟ 'ਚ ਮੈਂ 5 ਕਰੋੜ ਰੁਪਇਆ ਟ੍ਰਾਂਸਫਰ ਕਰ ਦਿੱਤਾ। ਮੈਂ ਨਹੀਂ ਮੰਨਦੀ, ਮੈਂ ਨਹੀਂ ਮੰਨਦੀ, ਮੈਂ ਨਹੀਂ ਮੰਨਦੀ ਬਾਜੀ। ਮੇਰੇ ਅਕਾਊਂਟ 'ਚ ਸਿਰਫ 150 ਰੁਪਇਆ ਹੋਣਾ ਚਾਹੀਦਾ ਬਸ। ਤੇਰੇ ਅਕਾਊਂਟ ਦਾ ਕੀ ਫਾਇਦਾ, ਉੱਥੇ ਏਟੀਐਮ ਦੂਰਾ ਕਰਕੇ ਦੇਣਾ ਪੈਣਾ। ਜਾਨ ਮੈਂ ਮਾਫੀ ਜਾਨ, ਜੋ ਬੁਲਬੁਲ ਕਹੇਗੀ ਉਹੀ ਹੋਏਗਾ, ਉਹੀ ਹੋਏਗਾ। ਸਟਾਈਲ ਮੇਰਾ ਆਪਣਾ। ਜਾਨ ਮੇਰੀ ਗੱਲ ਸੁਣੋ, ਤੁਹਾਡੀ ਮੇਰੀ ਸ਼ਾਦੀ ਹੋ ਗਈ ਹੈ ਨਾ? ਹਾਂਜੀ। ਇਸ ਸੱਜੇ ਪਾਸੇ ਮੈਂ ਲੰਮੇ ਪਵਾਂਗੀ, ਹਾਂ ਠੀਕ ਹੈ, ਖੱਬੇ ਪਾਸੇ ਤੁਸੀਂ ਲੰਮੇ ਪੈਣਾ, ਹਾਂਜੀ, ਤੇ ਵਿਚਕਾਰ ਮੇਰੀ ਬੁਲਬੁਲ। ਕਬੂਲ ਇਹਨੇ ਕਿਹਾ? ਜਾਨ ਤੁਹਾਡਾ ਮੇਰਾ ਵਿਆਹ ਹੋਇਆ, ਇੱਧਰ ਤੁਸੀਂ ਪਾਓਗੇ ਤੁਹਾਡੇ ਪਿੱਛੇ, ਮੈਂ ਮੇਰੇ ਪਿੱਛੇ ਭਾਵੇਂ ਪੈ ਜੇ। ਨਹੀਂ ਨਹੀਂ ਜਾਨ ਵਿਚਕਾਰ ਬੁਲਬੁਲ, ਕਿਉਂਕਿ ਇਹਦੇ ਬਗੈਰ ਮੈਂ ਸਾਹ ਵੀ ਨਹੀਂ ਲੈਂਦੀ। ਇਹਨੇ ਮੈਨੂੰ ਨਹੀਂ ਲੈਣ ਦੇਣਾ। ਅੱਛਾ ਜਾਨ ਉਹ ਸਭ ਕੁਝ ਓਕੇ ਹੋ ਜਾਏਗਾ, ਲੇਕਿਨ ਇੱਕ ਪ੍ਰੋਬਲਮ ਹੈ।
I can't believe it. I don't like that. I don't like that. Shut up. Zamane. So. ਆਹ ਲੋਕ ਕੀ ਕਹਿ ਰਹੇ ਬਾਬਾ ਜੀ ਕਹਿ ਰਹੇ ਨੇ ਕਹਿੰਦਾ ਆਈ ਡੋਨਟ ਲਾਈਕ ਸੈਕਸ ਇਹ ਹਰਾਮ ਦਾ ਹੀ ਕੀ ਬਾਬਾ ਜੀ ਬਾਬਾ ਜੀ ਵਿਆਹ ਕਰ ਲਿਆ ਹੈਲੋ ਸਲਾਮਤ ਰਹੋ ਐਕਸਕਿਊਜ਼ ਮੀ ਆਈ ਬਾਬਾ ਹਮਸ਼ੀਆਂ ਦੀ ਓਏ ਹੈਲੋ ਆ ਬਾਬਾ ਹਮਸ਼ੀਆਂ ਦੀ ਕੱਛ ਕਿਹੜਾ ਬਾਬਾ ਵੇ ਤੇਰੇ ਨਾਸਾ ਭੰਗ ਨਹੀਂ ਖਾਣਾ ਖਰਾਬ ਦਿਆ ਪੁੱਤਰਾ ਤੇ ਜਾਵੇ ਕੰਮ ਕਰ ਜਾ ਕੇ ਖੋਤੀ ਦਿਆ ਬੱਚਿਆ ਤੇ ਗੱਦੀ ਮਾਰ ਦਿਆ ਬੱਚਿਆ ਓਏ ਮਿੰਟ ਚ ਰਿਲੈਕਸ ਕਰਨ ਵਾਲੀ ਔਰਤ ਦਿਆ ਬੱਚਿਆ ਓਏ ਅਮੀਰ ਗੱਲ ਕਰ ਵੇ ਨਹੀਂ ਮੈਂ ਹਕਮ ਲੱਗਦਾ ਕੱਚੇ ਸੌਂਕੇ ਨਸ਼ੇ ਕਰਨ ਵਾਲੀ ਏ ਅਸੀਂ ਬਾਬੇ ਆ ਤਾਲੇ ਬਾਬੇ ਮੈਂ ਹੈ ਅਰੇ ਸ਼ੇਖ ਰਸ਼ੀਦ ਸਾਹਿਬ ਆਏ ਨੇ ਇੰਨੀ ਬਰੋਜ ਤੇਰੀ ਬਾਬਾ ਜੀ ਤੇ ਤੁਸੀਂ ਮੇਰਾ ਸਟੈਮਿਨਾ ਵਿੰਗਾ ਕਰ ਦਿੰਦੇ ਬਾਬਾ ਬਾਬਾ ਜੀ ਮੈਨੂੰ ਨਹੀਂ ਬਾਛੇ ਇੰਨਾ ਨਾ ਮਰ ਦੂ ਬਾਬਾ ਜੀ ਸਿੱਧਾ ਮੰਨ ਲੈਣਾ ਮੁਨਕਰ ਹੋ ਕੇ ਮਰਾਂਗੀ ਬਾਬਾ ਜੀ ਅੱਲਾ ਬਾਬਾ ਕਸ਼ਤੀਆਂ ਦੀ ਸਰਕਾਰ ਤੇਰੀ ਮੈਂ ਭੈਣ ਕੋਈ ਬੋਲੀ ਨਹੀਂ ਭੈਣ ਗੱਲ ਲੈ ਇਹਨੂੰ ਏਡਾ ਤੂੰ ਖਲੋਂਦਾ ਨਹੀਂ ਕਿਤੇ ਫੜ ਵੀ ਲਿਓ ਬਾਬਾ ਜੀ ਇਹ ਸਾਡੇ ਹੱਥਾਂ ਦੀ ਮਿਹਨਤ ਹੈ ਇਹ ਕਿੱਥੋਂ ਦਾ ਪਾਣੀ ਬਾਬਾ ਜੀ ਹੁਣ ਪੀ ਕੁੜੀਏ ਕਿਉਂ ਮੈਂ ਕਿਉਂ ਪੀਆ ਤੇਰੀ ਮਲਾਦ ਇਹਦੀ ਇਹ ਬਤਮੀ ਦੀ ਬੰਦ ਹੋ ਜੇਗੀ ਇਹਦੀ ਪੀ ਲੈ ਇਹ ਕੋਈ ਆਮ ਪਾਣੀ ਨਹੀਂ ਇਹ ਕਿਹੜਾ ਪਾਣੀ ਹੈ ਬਾਬਾ ਜੀ ਸਾਡੇ ਮੁਰਸ਼ਦ ਇਸ ਪਾਣੀ ਨਾਲ ਇਹ ਜਗ੍ਹਾ ਧੋਂਦੇ ਸਨ ਸ਼ੁਕਰ ਹੈ ਬਾਬਾ ਜੀ ਇਥੋਂ ਦੀ ਸ਼ਫਾ ਗਲੇ 'ਚ ਪਹੁੰਚ ਗਈ ਕਿੱਥੋਂ ਲੱਭਦੀ ਜੇ ਇਥੋਂ ਦੀ ਮੈਲ ਕੁੜੀਏ ਤੇਰੇ ਘਰ 6 ਪੁੱਤਰ ਹੋਣਗੇ ਮੇਰੇ ਘਰ ਇੱਕੋ ਦਿਨ 'ਚ ਇੱਕ ਦਿਨ 'ਚ ਫੇਰ ਤੈਨੂੰ ਪਤਾ ਲੱਗਣਾ ਟਰੱਕ ਦੀਆਂ ਹੈਡਲਾਈਟਾਂ ਵੱਡੀਆਂ ਕਿਉਂ ਹੁੰਦੀਆਂ ਜਾਨ ਅੰਦਰ ਤੈਨੂੰ ਗੁੱਸਾ ਨਾ ਚੜਾ ਸਮਝ ਆਈ ਤੂੰ ਮੇਰੀ ਸੁਹਾਗਰਾਤ ਖਰਾਬ ਕਰ ਰਿਹਾ ਨਹੀਂ ਜਾ ਤਿਆਰੀ ਕਰ ਤਿਆਰੀ ਕਾ ਦੀ ਕਰਾਂ ਸੁਹਾਗਰਾਤ ਦੀ ਤਮੀਜ਼ ਨਾ ਗੱਲ ਕਰ ਮੈਂ ਸਾਰੇ ਕੁਝ ਚੁੱਕ ਤੇਰੀ ਨਾਸਾਂ 'ਚ ਤੂੰ ਨਹੀਂ ਬੇਟਾ ਅੱਜ ਤੇਰੇ ਗੁੱਸਲ ਦਾ ਟਾਈਮ ਹੈ ਜਾ ਚਲੋ ਜਾਨ ਅੱਗ ਹੱਸਣਾ ਇੱਕ ਮਿੰਟ ਆਰਾਮ ਦੀ ਹੈ ਦਿਲ ਜਲਾ ਸੀ ਮੈਂ ਲਗਾ ਜੀ ਚਲੋ ਜਾਨ ਅੰਦਰ ਸੁਹਾਗ ਰਹਾ ਚਲੋ ਜਾਨ ਦੀ ਗੱਲਾਂ 'ਚ ਨਾ ਛੱਡੋ ਤੁਸੀਂ ਚਲੋ ਮੈਂ ਇਜਾਜ਼ਤ ਲੈ ਕੇ ਆਣਾ ਕਿਹੜੀ ਇਜਾਜ਼ਤ ਬਾਬਾ ਜੀ ਕੋਲੋਂ ਮੈਂ ਇਹਨਾਂ ਦੀ ਇਜਾਜ਼ਤ ਲੈ ਜਾ ਮੇਰੇ ਕੋਲ ਮੇਰੇ ਕੋ ਕਸਮ ਚਕਾ ਲਓ ਆ ਮੁੰਡਾ ਜੀ ਆਹੋ ਤੇ 12 ਵਜੇ ਤੋਂ ਬਾਅਦ ਤੈਨੂੰ ਪਤਾ ਲੱਗੇਗਾ ਛਿਲ ਕੇ ਵੀ ਰੱਖ ਦਿੰਦੀ ਆ ਬਾਬਾ ਜੀ ਮੈਨੂੰ ਬਚਾ ਲਓ ਕਿਤੇ ਮੈਨੂੰ ਨਾ ਪ੍ਰੈਗਨੈਂਟ ਕਰ ਦੇ ਅਸੀਂ ਬਾਬੇ ਆ ਤੈਨੂੰ ਅੰਦਰ ਭੇਜ ਅੰਦਰ ਜਾਓ ਬੇਗਾ ਆ ਮੈਂ ਅੰਦਰ ਆਉ ਤੁਸੀਂ ਮੇਰੇ ਨਾਲ ਬਾਬਾ ਜੀ ਸਾਬ ਲਾ ਮੇਰੀ ਸੁਹਾਗ ਰਾਤ ਹੈ ਇਜਾਜ਼ਤ ਹੈ ਜ਼ਮਾਨ ਦੇ ਓਏ ਡੋਡੀ ਉਖਰਾ ਉਹ ਬੋਦ ਉਸਕੇ ਕੀ ਕਹਿੰਦਾ ਬਾਬਾ ਜੀ ਆ ਵੀ ਕੁੜੀ ਮੈਨੂੰ ਉਸੇ ਤੇਰੇ ਵਾਸਤੇ ਤੂੰ ਇਹਦੇ ਕੋਲ ਜਾਣਾ ਇਹਦੇ ਕਿਸੇ ਦੋਸਤ ਨੇ ਆ ਜਾਣਾ ਉਹਨੇ ਤੈਨੂੰ ਤੂਰਿਆਂ ਤੇਰਿਆਂ ਕਰ ਲੈਣਾ ਜਾ ਨਵਾਂ ਵਿਆਹ ਕਰ ਕਿੱਥੋਂ ਕੁੜੀਆਂ ਲਈਆਂ ਵਾ ਬਾਬਾ ਜੀ ਇਹ ਬਾਹਰ 9 ਫੋਟੋਆਂ ਲਾਈਆਂ ਅੰਬਲੇ ਨੂੰ ਲਾਈਆਂ ਆ ਪਿੱਛੇ ਮੇਕਅਪ ਕਰਨ ਲਈ ਆ ਧਰੂਗੇ ਲਿਆ ਤੇ ਵਿੱਚ ਤੁਹਾਡੀ ਬੁੱਢੀ ਵੀ ਹੈ ਨਾ ਉਹਨੂੰ ਪਹਿਲੋਂ ਲਿਆ ਬਾਬਾ ਜੀ ਮੈਂ ਚੱਲਾਂ ਇਹਨੂੰ ਭੇਜ ਦਿਓ ਉਸ ਜ਼ਮਾਨ ਤੇ ਜਲਦੀ ਜਾ ਉਹ ਬਾਬਾ ਕਿੱਧਰ ਭੇਜਿਆ ਹੀ ਪੁੱਛ ਲਰ ਲੈ ਓਏ ਹਾਂ 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 ਆਇਆ ਮੇਰਾ ਪੁਰਾਣਾ ਵਾਕਫ ਏ
ਉਹ ਕਿੱਧਰ ਦੁੱਧ ਨਾ ਦਹੀਂ ਨਹੀਂ ਨਹੀਂ ਜਾਈ ਆਈ ਜਿਹੜਾ 150 ਤੂੰ ਦੇਣਾ ਨਾ ਦੇਈ ਗੱਲ ਸੁਣਿਆ ਨਾ ਵੇ ਚਰਸ ਪੀਣ ਵਾਲੀ ਬਾਂਦਰੀ ਦੇ ਬੱਚਿਆ ਤੂੰ ਹੈ ਕੌਣ ਨਾ ਮੇਰਾ ਖਾਲਦਾ ਤੇ ਕੋਈ ਨਹੀਂ ਮੇਰੇ ਨਾਲ ਦਾ ਮਾਰਾ ਤਾੜੀ ਤੇ ਬੁਲਾਵਾਂ 40 ਤੇ ਦੱਸਾਂ ਇੱਕ ਤੇਰੀ ਮਾਂ ਵਾਲਾ ਹਿਸਾਬ ਹਿੰਮਤ ਹੈ ਤੇਰੀ ਹਾਂ ਅਤੇ ਤੇਰੀ ਮਮਤਾ ਕਿੱਥੇ ਹੀ ਮਮਤਾ ਮੇਰੀ ਇਹ ਗੱਲ ਨਾ ਪੁੱਛ ਇੱਕ ਬੰਦੇ ਕੋਲ ਲੈ ਸੀ ਮੈਂ ਉਧਾਰ ਅੱਛਾ ਉਹਦੀ ਮੇਰੀ ਹੋ ਗਈ ਲੜਾਈ ਫਿਰ ਮੈਂ ਕਿਹਾ ਪੁੱਟ ਲੈ ਜੋ ਪੁੱਟਣਾ ਜੋ ਸਾਲਾ ਪੁੱਟ ਕੇ ਹੀ ਲੈ ਗਿਆ ਹੁਣ ਉੱਥੇ ਹੱਥ ਫੇਰਦਾ ਤੇ ਮੇਰੇ ਇੱਥੇ ਲੂੰ ਕੰਡੇ ਖੜੇ ਹੋ ਜਾਂਦੇ ਨੇ ਲੈਣ ਕੀ ਆਈ ਏ ਮੈਂ ਇੱਥੇ ਸਾਹ ਲੈਣ ਆਈ ਆ ਮੱਝ ਦਾ ਪੂਛਲ ਚੁੱਕੀ ਹੈ ਨਾ ਤੇ ਥੱਲੇ ਤੇਰੇ ਵਰਗਾ ਚਿੱਚੜ ਲੱਗਿਆ ਹੁੰਦਾ ਅੰਨੀ ਮਾਂ ਦੇ ਬੱਚਿਆ ਠੰਡੀ ਪੂੜੀ ਵਰਗਾ ਮੂੰਹ ਚਲਾਉਣਾ ਯਾਰ ਇੱਕ ਕੌਣ ਏ ਤੂੰ ਮੇਰੀ ਬਾਜੀ ਨਾਲ ਤੇਰਾ ਵਿਆਹ ਹੋਇਆ ਸਦਕੇ ਮੈਂ ਕਿਹਾ ਤੇਰੀ ਮਾਂ ਆਈ ਘਰ ਤੇਰਾ ਕਾਹਤੋਂ ਘਰ ਬੀਬੀ ਕਲਰ ਕਰਨ ਆਈ ਏ ਪਤਾ ਮੇਰਾ ਕਿਉਂ ਘਰ ਹੈ ਕਿਉਂ ਮੈਨੂੰ ਬੜਾ ਹੀ ਪਸੰਦ ਹੈ ਇਹਦੇ ਨਾਲ ਦਾ ਛੋਟਾ ਵੀ ਨੋਬ ਹੋਣਾ ਉਹਦਾ ਚੱਲ ਗਏ ਕੌਣ ਏ ਤੂੰ ਮੇਰੀ ਬਾਜੀ ਨਾਲ ਤੇਰਾ ਵਿਆਹ ਹੋਇਆ ਸਦਕੇ ਮੈਂ ਕਿਹਾ ਤੇਰੀ ਮਾਂ ਆਈ ਜਾਨ ਉਹ ਤੇਰਾ ਸਿੱਧਾ ਨਾਲ ਲੱਗਦਾ ਆਪਣੇ ਅਸਲ ਬੰਦੇ ਕੋਲ ਬੈਠੀ ਕਿਹੜੇ ਅਸਲ ਬੰਦੇ ਕੋਲ ਜਾਨ ਜਿੰਨੇ ਦੇ ਰੋਣੇ ਨਾ ਆਂਦੇ ਹੈ ਤੂੰ ਮੇਰਾ ਕੋੜਾ ਘੁੱਟ ਭਰ ਲੈ ਮੇਰੀ ਬਾਜੀ ਦੇ ਗੁੰਮਾ ਬਾਜੀ ਲੈ ਦੇ ਗਈ ਤੁਹਾਡੀ ਮੇਰੀ ਹੋ ਗਈ ਸ਼ਾਦੀ ਇਸ ਘਰ ਨੂੰ ਅਸੀਂ ਬਣਾਉਣਾ ਜੰਨਤ ਇਸ ਘਰ ਕੋ ਹਾਂ ਜਾਨ ਤੇ ਇਹ ਦੱਸੋ ਜਾਨ ਇਹ ਦੱਸੋ ਖਾਣਾ ਪੀਣਾ ਕੀ ਏ ਪੀਜ਼ਾ ਮੰਗਵਾ ਲੈ ਨਹੀਂ ਪੀਜ਼ੇ ਵਾਲੀ ਕੋਈ ਵੀ ਨਹੀਂ ਬਸੀ ਇਹ ਮੇਰੇ ਨਹੀਂ ਪਸੰਦ ਡਿਸ਼ ਬਦਲੋ ਅੱਛਾ ਚਲੋ ਸ਼ਾਰਮਾ ਮੰਗਵਾ ਲੈ ਹਾਂ ਸ਼ਾਰਮਾ ਉਹ ਵੀ ਨਹੀਂ ਕੁਛ ਹੋਰ ਦੱਸੋ ਨਹੀਂ ਨਹੀਂ ਸ਼ਾਰਮਾ ਨਹੀਂ ਨਾ ਸ਼ਾਰਮਾ ਨਹੀਂ ਨਾਨ ਟਿੱਕੀ ਨਾਨ ਟਿੱਕੀ ਐ ਨਾਨ ਲੰਮਾ ਪਾਓ ਹਾਂ ਉੱਤੇ ਟਿੱਕੀ ਵਿਛਾਓ ਉਹ ਗੁਰਮਚੂ ਜਿਹਾ ਬਣਾ ਲੈ ਇਸ ਤਰ੍ਹਾਂ ਪੁਰਖੀ ਫਸ ਕੇ ਥੋੜੀ ਚਟਨੀ ਪਵਾ ਲਈ ਮਜ਼ਾ ਜੋ ਮੇਰੀ ਰੋਜ਼ੀ ਬੋਲੇਗੀ ਵੋਹੀ ਖਾਏ ਵੋਹੀ ਐ ਬੋਲੇਗੀ ਹਾਂ ਰੋਜ਼ੀ ਅੱਛਾ ਜਾਨ ਇਹ ਦੱਸੋ ਅਸੀਂ ਸੁਹਾਗ ਰਾਤ ਕਿੱਥੇ ਮਨਾਵਾਂਗੇ ਸਵਿਟਜ਼ਰਲੈਂਡ ਗੁੱਡ ਸਵਿਟਜ਼ਰਲੈਂਡ ਦੀਆਂ ਦੋ ਟਿਕਟਾਂ ਓਕੇ ਨਹੀਂ ਨਾ ਨਾ ਸਵਿਟਜ਼ਰਲੈਂਡ ਨਹੀਂ ਕਿੱਥੇ ਮਿਸਰ ਮਿਸਰ ਕੀ ਲੈ ਉਹ ਮੈਨੂੰ ਨਾ ਮੈਨੂੰ ਫਿਰ ਮੈਂ ਕਿਤੇ ਪਠਾਨ ਨਾਲ ਸ਼ਾਦੀ ਕਰਨੀ ਤੂੰ ਮੇਰੇ ਵਿੱਚੋਂ ਜੰਮਣਾ ਮਿਸਰ ਪਤਾ ਮੈਂ ਕਿਉਂ ਜਾਣਾ ਕਿਉਂ ਮੈਨੂੰ ਫਿਰੌਨ ਦੀ ਲਾਸ਼ ਵੇਖਣ ਦਾ ਸ਼ੌਕ ਮੈਂ ਕਿਹਾ ਜ਼ਰੂਰ ਜ਼ਰੂਰ ਜਾਣਾ ਇੱਥੇ ਸ਼ੀਸ਼ਾ ਵੇਖ ਲੈ ਜਾ ਬਈ ਮੈਂ ਕਿਹਾ ਹੋਰੇ ਫਿਰੌਨ ਦੀ ਲਾਸ਼ ਵੇਖਣੀ ਹਾਂ ਮਿਸਰ ਜਾਣਾ ਮੈਂ ਕਿਹਾ ਹੋਰੇ ਉਹ ਸੁਣਨਾ ਸੀ ਹਰਕਤ ਕਰੋ ਅੱਛਾ ਜਾਨ ਅੰਮ੍ਰਿਤਸਰ ਹੀ ਜਾਏਗੀ ਇਹ ਦੱਸੋ ਗੱਡੀ ਕਿਹੜੀ ਲੈਣੀ ਓਡੀ ਕਿਹੜੀ ਓਡੀ ਤੁਹਾਡੀ ਨਹੀਂ ਬਣਦੀ ਨਾਲ
ਨਾਲੇ ਬਾਜੀ ਓਡੀ ਨਹੀਂ ਲੈਣੀ। ਕਿਉਂ? ਓਡੀ ਲੈਣ ਲਈ ਫਿਰ ਓਡੀ ਹੋ ਜਾਂਦੀ। ਆਪ ਤੂੰ ਸਾਈਕਲ ਪਿੱਛੇ ਖੁੱਲਾ ਹੋ ਗਿਆ। ਨਹੀਂ ਓਡੀ ਨਹੀਂ ਲੈਣੀ ਨਾ, ਅਸੀਂ ਪੀਟਰ ਵਾਲਾ ਰਕਸ਼ਾ ਲੈਣਾ। ਉਹਨੂੰ ਸਟਾਰਟ ਕਰੋ, ਗੁਰ ਵਾਹ ਬੁਰ 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 ਕਰਦਾ ਜਾਂਦਾ। ਅੱਛਾ ਜਾਨ ਇਹ ਦੱਸੋ, ਅੱਛਾ ਜਾਨ ਤੁਹਾਡੀ ਮੇਰੀ ਸਵਾਗਰਾ ਤੇ, ਹਾਂਜੀ, ਉਸ ਤੋਂ ਪਹਿਲੇ ਮੈਂ ਤੁਹਾਨੂੰ ਦੱਸ ਦਿਆਂ ਕਿਆ ਚਾਹੀਏ। ਬਹੁਤ ਬਹੁਤ ਚਾਹੀਏ ਬਹੁਤ ਚਾਹੀਏ ਤਾਂ ਪਰਵੇਸ ਖਲਕ ਅਸਲਾਮ ਅਲੈਕੁਮ ਖਬਰਦਾਰ ਮੇਰੀ ਮੂੰਹ ਬੋਲੀ ਭੈਣ ਪਹਿਲਾਂ ਬੋਲੀਏ ਮੁੜ ਕੇ ਅਸੀਂ ਮੂੰਹ ਬੋਲੀ ਭੈਣ ਭਰਾ ਬਣ ਗਏ। ਤੂੰ ਬਾਬਾ ਪਰੇ ਭੈਣ ਪੇਸ਼ ਕਰ। ਬਾਬੇ ਨੂੰ ਕਹਿ ਰਿਹਾ ਓਏ ਪੀਸ ਵੇਖ, ਮੈਂ ਤੇਰੀ ਮਾਂ ਵੀ ਕੱਢ ਦੇਣੀ ਇੱਥੇ। ਕੋਈ ਬਾਬਾ ਨਹੀਂ ਨਿਕਲ ਇੱਥੋਂ। ਬਾਬੇ ਨੂੰ ਕਹਿ ਰਿਹਾ ਤੇ ਸਮਝਾ ਨੂੰ ਆ ਬਸ ਕਰਦੇ ਹੋ ਸਾਥੀ, ਤੁਸੀਂ ਵੀ ਬਸ ਕਰਦੇ ਹੋ। ਉਹ ਕਿੰਨਾ ਕੋਈ ਇਹਨਾਂ ਬਾਬੇ ਦੇ ਪਿੱਛੇ ਖੱਜਲ ਹੋਣਾ ਜੀ। ਉਹ ਜੇ ਤਕਦੀਰ ਬਦਲਣ ਜੋਗੇ ਹੁੰਦੇ ਤਾਂ ਸਾਡੇ ਪਿੱਛੇ ਖੱਜਲ ਹੁੰਦੇ। ਉਹ ਜੇ ਮੰਗਣਾ ਜੇ ਤਾਂ ਸੋਨੇ ਰੱਬ ਕੋਲੋਂ ਮੰਗੋ, ਜਿਹੜਾ ਪੱਥਰ 'ਚ ਵੀ ਕੀੜੇ ਨੂੰ ਰਿਜ਼ਕ ਦਿੰਦਾ। ਇਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ, ਸਾਡੀ ਆਵਾਮ ਹੀ ਭੋਲੀ ਹੈ। ਐਵੇਂ ਕਹਿਣਗੇ ਬੰਦਿਸ਼ ਆ ਗਈ, ਨਜ਼ਰ ਲੱਗ ਗਈ, ਉਹ ਫਲਾਣੇ ਬਾਬੇ ਕੋਲ ਚੱਲਦੇ ਹਾਂ, ਉਹਦੇ ਕਲਾਮ 'ਚ ਬੜਾ ਅਸਰ ਹੈ। ਕਹਿੰਦੇ ਨਹੀਂ, ਉਹ ਫਲਾਣੇ ਬਾਬੇ ਦੇ ਕਲਾਮ 'ਚ ਬੜਾ ਅਸਰ ਹੈ। ਉਹ ਭੋਲੇ ਪਾਤਸ਼ਾਹ ਕੁਰਾਨੇ ਪਾਕ ਖੋਲੋ, ਉਸ ਤੋਂ ਵੱਡਾ ਕਲਾਮ ਹੀ ਕੋਈ ਨਹੀਂ ਦੁਨੀਆ। ਵਾਹ ਬਾਬਾ ਜੀ, ਤੁਹਾਨੂੰ ਕਿਵੇਂ ਪਤਾ? ਮੈਨੂੰ ਪੁੱਛਣਾ ਨੇ ਸਿਖਾਇਆ। ਲੋ ਜੀ ਇਹ ਬਚ ਗਈ, ਇਹ ਜਦੋਂ ਤੇਰੀ ਲਾਸ਼ ਹੋਣੀ। ਚਲੋ ਜਾਨ, ਚਲੋ ਚਲੇ। ਇੱਕ ਤਾਂ ਸਮਝ ਨਹੀਂ ਆਉਂਦੀ, ਕੁੜੀਆਂ ਮਾਸਕ ਧੋਂਦੀਆਂ, ਕੱਪੜਾ ਵਧਾਈ ਜਾਂਦੀਆਂ। ਮੈਂ ਤੈਨੂੰ ਲੈ ਕੇ ਡੁੱਬਣਾ ਚਾਹੁੰਦਾ। ਇਹ ਉਹ ਤੁੰਚੀ ਨਹੀਂ ਵਿੱਚ ਮੈਂ ਸੀਖ ਪਾਉਣੀ ਬੇਟਾ।